ਪੰਜਾਬ ਤੇ ਸਿੱਖ ਧਰਮ ਨਾਲ ਜੁੜੀ ਹਰ ਇੱਕ ਨਵੀਂ ਅਪਡੇਟ ਦੇ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ। ਐਸੇ ਪਿੰਡ ਹੋਣੇ ਚਾਹੀਦੇ ਪੰਜਾਬੀਓ, ਐਸੇ ਪਿੰਡ ਦੇਖੋ। ਇਹ ਪਿੰਡ ਵਾਲਿਆਂ ਨੇ ਆਪਾਂ ਨੂੰ ਕੁਛ ਨਹੀਂ ਦਿੱਤਾ, ਕੋਈ ਆਪਾਂ ਇਹਨਾਂ ਤੋਂ ਮਾਣ ਸਮਾਨ ਨਹੀਂ ਲਿਆ। ਆਪਾਂ ਇਸੇ ਪਿੰਡ 'ਚ ਖੜ੍ਹੇ, ਇੱਕ ਰੁਪਈਆ ਨਹੀਂ ਲਿਆ ਅੱਜ ਤੱਕ। ਗੱਲ ਕਰ, ਇਹ ਪਿੰਡ ਨਸ਼ਾ ਮੁਕਤ ਹੋ ਗਿਆ, ਮੈਨੂੰ ਬਹੁਤ ਖੁਸ਼ੀ ਹੈ। ਇਹ ਮੈਂ ਝੋਟਾ ਵੀ ਝੋਟੇ 'ਚ ਟਾਈ ਲੱਗੀ ਕਹੀ ਲੱਗੂ, ਤੁਸੀਂ ਸੋਚ ਕੇ ਦੇਖੋ। ਝੋਟੇ 'ਤੇ ਅਸਲੀ ਤਾਂ ਟਾਈ ਲੱਗੀ ਹੋਵੇ, ਉਹ ਛੱਪੜ 'ਚ ਬੜੇ ਕਿਹਾ ਜਿਹਾ ਲੱਗੂ ਵੀ ਇਸ ਤਾਂ ਡੰਗਰਾਂ ਦੇ ਮੂਰਖਾਂ। ਤੁਸੀਂ ਪੜ੍ਹੇ ਲਿਖੇ ਹੋ, ਅਸਾਂ ਡੰਗਰ ਵੀਹ ਇਕੱਠੇ ਰਹਿ ਰਹੇ ਕਿਸਾਨ, ਪੜ੍ਹੇ ਲਿਖੇ ਤੁਸੀਂ ਦੋ ਕਮਰੇ ਛੱਤ ਥੱਲੇ ਇਕੱਠੇ ਰਹਿ ਸਕਦੇ। ਸਾਡੇ ਦੇਸੀਆਂ 'ਚ ਤਾਂ ਇੱਕ ਹੈ, ਅਸਾਂ ਇਕੱਠੇ ਹੋ ਜਾਵਾਂਗੇ, ਤੁਸੀਂ ਨਹੀਂ ਇਕੱਠੇ ਹੁੰਦੇ ਜਿਹੜੇ ਅਸੀਂ ਚੁਣ ਕੇ ਉੱਤੇ ਬਿਠਾਉਣੇ ਆ। ਅਤੇ ਇੱਕ ਮੈਂ ਹੱਥ 'ਚ ਹੋਰ ਗੱਲ ਕਰਦਾ, ਉਹਨਾਂ ਦੀ ਕਿਉਂ ਨਹੀਂ ਕਰਦੇ ਵੀ ਬਾਈ ਮੇਰੇ ਨਾਲ ਕੋਈ ਚਿੱਟਾ ਵੇਚਣ ਵਾਲਾ ਆਪ ਹੀ ਨਾ ਰਲੇ, ਮੈਨੂੰ ਹੁਣ ਹਰੇਕ ਦਾ ਨਹੀਂ ਪਤਾ, ਜਾਂ ਪੀਣ ਵਾਲਾ ਮੈਨੂੰ ਹੁਣ ਕੀ ਪਤਾ, ਕੋਈ ਫੋਟੋ ਖਿੱਚਿਆ ਕਹਿੰਦਾ ਮੇਰਾ ਤੁਰਿਆ ਫਿਰਦਾ, ਮੈਂ ਉਹਨੂੰ ਕਹਾਂ ਠੀਕ ਹੈ, ਉਹ ਚਿੱਟਾ ਲੈਂਦਾ ਫਿਰ ਦੁਕਾਨਾਂ ਤੋਂ। ਹੁਣ ਅਗਲਾ ਅਮਲੀ ਬਲੈਕ ਹੀ ਆ ਕਹੇ ਤਾਂ ਝੋਟੇ ਦਾ ਬੰਦਾ ਯਾਰ, ਮੇਰੇ ਨਾਲ ਨਾ ਰਲੋ, ਮੇਰੇ ਸਿਰ ਕਿਉਂ ਕਲੰਕ ਲਵਾਉਣੇ? ਫਿਰ ਜਦੋਂ ਬਲੈਕੀਏ ਨੂੰ ਮੈਂ ਕੁੱਟਣ ਨੂੰ ਫਿਰਦਾ, ਮੈਂ ਮਾਰਨ ਨੂੰ ਫਿਰਦਾ ਜ਼ਹਿਰ ਨੂੰ, ਤੁਸੀਂ ਉਹਨਾਂ ਦੇ ਘਰਾਂ 'ਚ ਤੁਰੇ ਫਿਰਦੇ ਹੋ, ਫਿਰ ਲੋਕ ਤਾਂ ਭਾਈ ਕਹਿਣਗੇ ਵੀ ਇਹਨਾਂ ਦੇ ਬੰਦੇ ਤਾਂ ਆਪ ਪੀਂਦੇ ਨੇ। ਕੱਲੋ ਪਿੰਡ ਦੇ ਵਿੱਚ ਕਮੇਟੀਆਂ ਬਣਾਈਆਂ ਸੀ, ਲੋਕਾਂ ਨੂੰ ਜਾਗਰੂਕ ਕੀਤਾ ਸੀ, ਪਿੰਡ ਵਾਲੇ ਕਹਿੰਦੇ ਨੇ ਵੀ ਨਸ਼ਾ ਮੁਕਤ ਹੋ ਗਿਆ ਪਿੰਡ, ਕੀ ਕਹੋਗੇ ਤੁਸੀਂ? ਅੱਜ ਸਨਮਾਨ ਕੀਤਾ ਗਿਆ ਪਿੰਡ ਵੱਲੋਂ, ਐਸੇ ਪਿੰਡ ਹੋਣੇ ਚਾਹੀਦੇ ਪੰਜਾਬੀਓ, ਐਸੇ ਪਿੰਡ ਦੇਖੋ। ਇਹ ਪਿੰਡ ਵਾਲਿਆਂ ਨੇ ਆਪਾਂ ਨੂੰ ਕੁਛ ਨਹੀਂ ਦਿੱਤਾ, ਕੋਈ ਆਪਾਂ ਇਹਨਾਂ ਤੋਂ ਮਾਣ ਸਮਾਨ ਨਹੀਂ ਲਿਆ। ਆਪਾਂ ਇਸੇ ਪਿੰਡ 'ਚ ਖੜ੍ਹੇ, ਇੱਕ ਰੁਪਈਆ ਨਹੀਂ ਲਿਆ ਅੱਜ ਤੱਕ। ਗੱਲ ਕਰ, ਇਹ ਪਿੰਡ ਨਸ਼ਾ ਮੁਕਤ ਹੋ ਗਿਆ, ਮੈਨੂੰ ਬਹੁਤ ਖੁਸ਼ੀ ਹੈ। ਇਹ ਪਿੰਡ 'ਚ ਨੇ ਕੋਈ ਸਿਆਸਤ ਨਹੀਂ ਕਰੀ, ਕੋਈ ਲੀਡਰੀ ਨਹੀਂ ਕਰੀ, ਕੋਈ ਇਹਨਾਂ ਨੇ ਆਪ ਦੀ ਕਮੇਟੀ ਬਣਾਈ ਹੋਈ ਇੱਥੋਂ ਦੀ ਐਂਟੀ ਡਰਗ ਟਾਸਕ ਫੋਰਸ ਕੱਲੋਂ ਦੇ ਨਾਂ 'ਤੇ। ਅਤੇ ਹੋਰ ਆਪਾਂ ਨੂੰ ਕੀ ਚਾਹੀਦਾ? ਪਿੰਡ ਨਸ਼ਾ ਮੁਕਤ ਹੋ ਗਿਆ। ਕਈ ਪਿੰਡਾਂ 'ਚ ਹੁਣ ਤੁਸੀਂ ਸਮਝਦਾਰ ਹੋ, ਮੈਂ ਵਾਰੀ ਵਾਰੀ ਕਹਿੰਦਾ ਬੁਰਾ ਲੱਗਦਾ ਵੀ ਸਿਆਸੀ ਪੈਰਲਲ ਕਮੇਟੀਆਂ ਬਣ ਗਈਆਂ, ਸਿਆਸੀ ਪੁਲਿਸ ਪੈਰਲਲ ਕਮੇਟੀਆਂ ਵੀ ਮੇਰੇ ਅੰਦਰ ਬੈਠੇ ਬੈਠੇ ਉਹਨਾਂ ਨੇ ਪਲੈਨ ਕਰਕੇ ਆਪਣੀ ਲਹਿਰ ਨੂੰ ਦੂਜਾ ਰੁੱਖ ਦੇਤਾ। ਦੂਜਾ ਰੁੱਖ ਕੀ ਦੇਤਾ? ਹੁਣ ਪਿੰਡ ਤਾਂ ਇਹ ਵੀ ਹੈ, ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਮੇਰੀ ਧਰਨੇ ਵਾਲੀ ਆਹ ਇਹਦੇ ਵਾਲੀ ਗੱਲ ਮੰਨ ਲਓ, ਤੁਸੀਂ ਕਮੇਟੀਆਂ ਬਣਾਓ, ਲੱਖ ਬਣਾਓ, ਮੈਨੂੰ ਸੋਚੋ ਕੋਈ ਗੁੱਸਾ ਕੇ ਲਾਣੀ, ਕੋਈ ਵੀ ਬਣਾਓ ਤੁਸੀਂ, ਇੱਕ ਤਾਂ ਉਹ 'ਚੋਂ ਲੀਡਰਬਾਜ਼ੀ ਕੱਢ ਦਿਉ ਜਮਾਂ, ਇੱਕੋ 'ਚੋਂ ਸਿਆਸੀ ਬੰਦੇ ਕੱਢ ਦਿਉ, ਇੱਕੋ 'ਚੋਂ ਪੁਲਿਸ ਦਾ ਸਾਥ ਲੈਣਾ ਛੱਡ ਦਿਉ। ਕਿਉਂ ਬਾਈ, ਮੈਂ ਤਾਂ ਕਹੂੰਗਾ ਜਿਹਨੇ ਪੁਲਿਸ ਨੂੰ ਸਾਹਿਬ ਕਹਿਤਾ, ਐਸ ਐਚ ਨੂੰ ਕਹਿੰਦਾ ਐਸ ਐਚ ਓ ਸਾਹਿਬ, ਹੁਣ ਮੇਰੇ ਮੋਢੇ 'ਤੇ ਹੱਥ ਰੱਖ ਲਿਆ, ਇਹ ਲੀਡਰ ਹੈ, ਮੈਂ ਹੱਥ ਕਰ ਲਏ, ਕੱਲ੍ਹ ਨੂੰ ਦੂਜਾ ਲੀਡਰ ਆ ਗਿਆ ਉਹਨੇ ਮੇਰੇ ਹੱਥ 'ਤੇ ਐਂ ਰੱਖ ਲਿਆ, ਮੈਂ ਉਹਨੂੰ ਐਂ ਕਰ ਲਏ ਵੀ ਚੱਲ ਅਸੀਂ ਕਮੇਟੀ ਬਣਾ। ਬਾਈ, ਜਿਹਦੀ ਮੌਜੂਦਾ ਸਰਕਾਰ ਆ ਉਹ ਆਪਣਾ ਕੀ ਭਲਾ ਕਰ ਸਕਦੀ ਹੈ? ਆਪਣਾ ਸਾਹਿਬ ਤਾਂ ਇੱਕੋ ਹੈ, ਗੁਰੂ ਗੋਬਿੰਦ ਸਿੰਘ। ਰਵਿੰਦਰ, ਇੱਕ ਕੱਲ੍ਹ ਬੁਲਾਡੇ ਦੇ ਵਿੱਚ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਆ ਜਿਹੜੀ ਉਹ ਫਰੀਜ਼ ਕੀਤੀ ਆ ਪੁਲਿਸ ਵੱਲੋਂ। ਮਾਨਸਾ ਪੁਲਿਸ ਕਹਿ ਰਹੀ ਹੈ ਵੀ ਅਸੀਂ ਹੋਰ ਵੀ ਬਹੁਤ ਤਸਕਰਾਂ ਦੇ ਨਾਮ ਭੇਜਿਆ, ਉਹਨਾਂ ਦੀਆਂ ਪ੍ਰੋਪਰਟੀਆਂ ਵੀ ਜਿਹੜੀਆਂ ਫਰੀਜ਼ ਕਰਾਂਗੇ। ਬਹੁਤ ਬਹੁਤ ਚੰਗੀ ਗੱਲ ਹੈ, ਚਲੋ ਦੇਰ ਆਏ ਦੁਰਸਤ ਆਇਆ, ਇਹ ਤੁਸੀਂ ਮਾਨਸਾ ਦੇ ਵੀ ਕਰ ਦਿਓ ਜੀ, ਸਾਥੋਂ ਲੈ ਲਓ ਨਾ, ਅਸੀਂ ਦੱਸਦੇ ਜਿੱਦੇ ਉਹਨਾਂ ਦੀਆਂ ਕਰ ਦੋਗੇ ਉਦੇ ਅਸੀਂ ਕਹਾਂਗੇ ਹਾਂ ਹੁਣ ਬਣੀ ਆ ਗੱਲ। ਜਦੋਂ ਸਾਡੀਆਂ ਅੱਖਾਂ 'ਚ ਤਾਂ ਨੂਣ ਦਿਨ ਰਾਤ ਰੜਕਦਾ ਫੈਨ ਨਹੀਂ ਮਿਲਾ ਗਿਆ, ਹਜੇ ਵੀ ਵੇਚੀ ਜਾਂਦੇ ਆ ਉਹ ਕਰੋੜਾਂ ਕਰੋੜਾਂ ਦੀ। ਸੰਜੀਵ ਗੋਇਲ ਨੂੰ ਡਿਸਮਿਸ ਕਰਨ, ਜਿਹੜੇ ਮੇਰੇ ਘਰੇ ਸ਼ੱਕੀ ਬਣੇ ਨੇ, ਭਗਵੰਤ ਮਾਨ ਨੂੰ ਦੀਦਾ ਨਹੀਂ, ਭਗਵੰਤ ਮਾਨ ਨੂੰ ਦੀਦਾ ਨਹੀਂ, ਮੇਰੇ ਘਰੇ ਆ ਜਿਹੜੇ ਜਵਾਕ ਐਂ ਮੰਜਿਆਂ ਥੱਲੇ ਵੜ ਰਹੇ ਨੇ ਪੁਲਿਸ ਤੋਂ ਡਰਦੇ, ਮੇਰੇ ਬਜ਼ੁਰਗ ਪਿਓ ਨੂੰ ਧੱਕੇ ਮਾਰ ਰਹੇ ਨੇ, ਮੇਰੀ ਦਾੜੀ ਪੱਟ ਰਹੇ ਨੇ, ਮੇਰੀ ਘਰਵਾਲੀ ਤੋਂ ਬਿਨਾਂ ਲੇਡੀ ਮੇਰੇ 12 ਦੀਆਂ ਕੰਨਾਂ, ਹਜੇ ਲੋਕ ਉਹਨਾਂ ਨੂੰ ਮਿਲ ਕੇ ਕਮੇਟੀਆਂ ਬਣਾ ਰਹੇ ਨੇ ਯਾਰ, ਕੀ ਆਸ ਕਰਾਂਗੇ ਫਿਰ ਆਪਾਂ ਉਹੀ ਕਮੇਟੀਆਂ ਤੋਂ ਜਿਹੜੀ ਪੁਲਿਸ ਦੇ ਸਮਰਥਨ ਵਾਲਾ ਕਮੇਟੀ ਬਣ ਰਹੀ ਹੈ। ਮੈਂ ਨਹੀਂ ਕਹਿੰਦਾ ਹਰੇਕ ਥਾਂ ਪੁਲਿਸ ਵਾਲੇ ਮਾੜੇ ਆ, ਅਗਰ ਪੁਲਿਸ ਵਾਲਿਆਂ ਦੀ ਆਪਦੀ ਇੰਟੈਲੀਜੈਂਸੀ ਬਥੇਰੀ ਹੈ, ਜੇ ਉਹ ਕੰਮ ਕਰਦੇ ਹੁੰਦੇ ਆਪਾਂ ਨੂੰ ਕੀ ਲੋੜ ਸੀ? ਹੁਣ ਕਰਨ ਲੱਗ ਜਾਣ ਆਪਾਂ ਆਪਦੇ ਘਰੇ ਰਹਿ ਜਾਂਗੇ, ਆਪਾਂ ਨੂੰ ਕੀ ਲੋੜ ਆ ਬਈ ਐਵੇਂ ਔਖੇ ਹੋਣ ਦੀ, ਨਾ ਆਪਦਾ ਕੰਮ ਧੰਦਾ ਛੱਡਣ ਦੀ। ਪੰਜਾਬ ਜਾਗ ਪਿਆ, ਧੰਨਵਾਦ ਆ, ਪਿੰਡ ਪਿੰਡ ਕਮੇਟੀਆਂ ਬਣੀਆਂ, ਧੰਨਵਾਦ ਆ, ਸ਼ੁਕਰ ਹੈ। ਰਵਿੰਦਰ, ਪੰਜਾਬ ਦੇ ਵਿੱਚ ਲੋਕ ਨਸ਼ੇ ਦੇ ਖਿਲਾਫ਼ ਉੱਠੇ ਨੇ, ਉਸੇ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਇਹ ਜਿਹੜੀਆਂ ਤਸਕਰਾਂ ਦੀਆਂ ਜਿਹੜੀਆਂ ਪ੍ਰੋਪਰਟੀਆਂ ਫਰੀਜ਼ ਕਰਨ ਲੱਗੀ ਹੈ ਪੁਲਿਸ? ਹਾਂ, ਬਹੁਤ ਚੰਗਾ ਕੰਮ ਹੈ, ਮੈਂ ਤਾਂ ਖੁਸ਼ ਹਾਂ ਤੋਂ ਤਸਕਰਾਂ ਦੀਆਂ ਪ੍ਰੋਪਰਟੀਆਂ ਸੀ ਕਰਨ, ਤਾਂ ਬਾਅਦ 'ਚ ਦੇਣ ਨਾ, ਬਾਅਦ 'ਚ ਦੇ ਦਿੰਦੇ ਆ। ਹੁਣ ਮਾਨਸਾ ਹੈ, 5-6 ਮੰਜ਼ਲੀ ਕਮੇਟੀ ਕੋਠੀਆਂ ਪਾ ਰੱਖੀਆਂ ਨੇ, ਅਤੇ ਇੱਕ ਮੈਂ ਹੱਥ 'ਚ ਹੋਰ ਗੱਲ ਕਰਦਾ, ਉਹਨਾਂ ਦੀ ਕਿਉਂ ਨਹੀਂ ਕਰਦੇ ਵੀ ਬਾਈ ਮੇਰੇ ਨਾਲ ਕੋਈ ਚਿੱਟਾ ਵੇਚਣ ਵਾਲਾ ਆਪ ਹੀ ਨਾ ਰਲੇ, ਮੈਨੂੰ ਹੁਣ ਹਰੇਕ ਦਾ ਨਹੀਂ ਪਤਾ, ਜਾਂ ਪੀਣ ਵਾਲਾ ਮੈਨੂੰ ਹੁਣ ਕੀ ਪਤਾ, ਕੋਈ ਫੋਟੋ ਖਿੱਚਿਆ ਕਹਿੰਦਾ ਮੇਰਾ ਤੁਰਿਆ ਫਿਰਦਾ, ਮੈਂ ਉਹਨੂੰ ਕਹਾਂ ਠੀਕ ਹੈ, ਉਹ ਚਿੱਟਾ ਲੈਂਦਾ ਫਿਰ ਦੁਕਾਨਾਂ ਤੋਂ। ਹੁਣ ਅਗਲਾ ਅਮਲੀ ਬਲੈਕ ਹੀ ਆ ਕਹੇ ਤਾਂ ਝੋਟੇ ਦਾ ਬੰਦਾ ਯਾਰ, ਹੈ ਨਾ ਵੀ ਤਾਂ ਫਲਾਣੇ ਦਾ ਬੰਦਾ। ਹੁਣ ਮੰਨ ਲਓ ਮੈਂ ਇਹਦੇ ਨਾਲ ਫਿਰਦਾ ਛੋਟੇ ਪਿੰਡ 'ਚ, ਇਹ ਚਿੱਟਾ ਲੈ ਕੇ ਆਇਆ ਹੋਵੇ ਅਬਲਾਈਕੀਆਂ ਤੋਂ, ਅੱਜ ਹੀ ਲੋਕ ਤਾਂ ਕਹਿਣਗੇ ਵੀ ਝੋਟੇ ਨਹੀਂ ਮੰਗਾਇਆ ਹੋਊਗਾ, ਕਿੱਡੀ ਮਾੜੀ ਗੱਲ ਆ ਯਾਰ, ਇਹ ਸੋਚਣ ਵਾਲੀ ਗੱਲ ਹੈ ਨਾ। ਤੁਸੀਂ ਪੀਂਦੇ ਹੋ ਆਦਿ, ਮੇਰੇ ਨਾਲ ਨਾ ਰਲੋ, ਮੇਰੇ ਸਿਰ ਕਿਉਂ ਕਲੰਕ ਲਵਾਉਣੇ? ਫਿਰ ਜਦੋਂ ਬਲੈਕੀਏ ਨੂੰ ਮੈਂ ਕੁੱਟਣ ਨੂੰ ਫਿਰਦਾ, ਮੈਂ ਮਾਰਨ ਨੂੰ ਫਿਰਦਾ ਜ਼ਹਿਰ ਨੂੰ, ਤੁਸੀਂ ਉਹਨਾਂ ਦੇ ਘਰਾਂ 'ਚ ਤੁਰੇ ਫਿਰਦੇ ਹੋ, ਫਿਰ ਲੋਕ ਤਾਂ ਭਾਈ ਕਹਿਣਗੇ ਵੀ ਇਹਨਾਂ ਦੇ ਬੰਦੇ ਤਾਂ ਆਪ ਪੀਂਦੇ ਨੇ।
ਮੈਨੂੰ ਇਹ ਗੱਲ ਤਾਂ ਪਤਾ ਨਹੀਂ, ਮੈਂ ਇਹ ਗੱਲ ਕਿਤੇ ਥਾਂ ਹੁੰਦੀ ਦੇਖ ਲਈ ਦੂਜੀਆਂ ਕਮੇਟੀਆਂ 'ਚ, ਮੈਨੂੰ ਡਰ ਲੱਗਦਾ ਹੈ ਜਿਵੇਂ ਕਹਿ ਦਿੰਦੇ ਨੇ ਵੀ ਸਾਰਾ ਲੋਕ ਕਹਿੰਦੇ ਨੇ, ਕਹਿਣਾ ਆ ਗਿਆ ਝੂਠ ਮਾਰਦੇ ਨੇ, ਇਲਜ਼ਾਮ ਲਾਉਂਦੇ ਸਭ ਉਹ ਲਹਿ ਜਾ ਕੋਈ ਵੀ ਸਾਰਾ ਚਿੱਟਾ ਖੋਹ ਲੈਂਦੇ ਨੇ, ਸਾਰੇ ਪੈਸੇ ਖੋਹ ਲੈਂਦੇ ਨੇ, ਜਿਹੜਾ ਬਾਈ ਹਟਾਉਂਦਾ ਹੋਵੇ ਉਹ ਕਦੇ ਇਹੋ ਜਿਹਾ ਕੁਛ ਨਹੀਂ ਕਰਦਾ, ਚਾਹੇ ਕਿਤੋਂ ਦਾ ਵੀ ਹੋਵੇ। ਪਰਵਿੰਦਰ, ਬਹੁਤ ਸਾਰੇ ਨੌਜਵਾਨ ਤੁਹਾਨੂੰ ਫੋਨ ਕਰਦੇ ਨੇ ਵੀ ਅਸੀਂ ਨਸ਼ਾ ਛੱਡਣਾ ਚਾਹੁੰਦੇ ਹਾਂ, ਫੇਸਬੁੱਕਾਂ 'ਤੇ ਵੀ ਕਮੈਂਟ ਕਰਦੇ ਵੀ ਬਾਈ ਅਸੀਂ ਤੁਹਾਨੂੰ ਮਿਲਣਾ ਗਾ ਨਸ਼ਾ ਛੱਡਣਾ ਗਾ, ਉਹਨਾਂ ਨੂੰ ਕੀ ਅਪੀਲ? ਤੁਹਾਨੂੰ ਦੱਸਿਆ ਤਾਂ ਹੋਇਆ ਫਾਰਮੂਲਾ, ਫਿਰ ਵਾਲੇ ਬੁੱਧੀਜੀਵੀ ਉਹਦੇ ਵੀ ਲੱਗਦੇ ਨੇ, ਉਹ ਫਾਰਮੂਲਾ ਵਰਤੋ। ਸਾਨੂੰ ਭਾਈ ਇੱਕ ਹੋਰ ਮੰਗ ਹੈ ਮੇਰੀ ਤਾਂ, ਕੱਲ੍ਹ ਇੱਕ ਕੋਈ ਡਾਕਟਰ ਸੀ ਬੁੱਧੀਜੀਵੀ ਟਾਈ ਲਾਈ ਸੀ ਉਹਦੇ ਐਂ, ਮੈਂ ਉਹਨੂੰ ਹਾਲਾਂਕਿ ਪਹਿਲਾਂ ਕਿਹਾ ਵੀ ਡਾਕਟਰ ਸਾਹਿਬ ਤੁਹਾਡੇ ਤਾਂ ਬੁੱਧੀਜੀਵੀ ਸਾਰੇ ਪੰਜਾਬ ਦੇ, ਖਰ ਉਹ ਚੰਗੇ ਵੀ ਬੜੇ ਸੀ, ਵੀ ਡਾਕਟਰ ਸਾਹਿਬ ਦੇਖੋ ਤੁਸੀਂ ਉਹ ਬੁੱਧੀਜੀਵੀ ਤੁਹਾਡੇ ਟਾਈ ਲੱਗਿਆ, ਤੁਸੀਂ ਡਾਕਟਰ ਹੋ, ਮੈਂ ਝੋਟਾ ਵੀ ਝੋਟੇ 'ਤੇ ਟਾਈ ਲੱਗੀ ਕਹੀ ਲੱਗੂ, ਤੁਸੀਂ ਸੋਚ ਕੇ ਦੇਖੋ ਝੋਟੇ 'ਤੇ ਆਸਰੀ ਦਾ ਟਾਈ ਲੱਗੀ ਹੋਵੇ ਉਹ ਛੱਪੜ 'ਚ ਬੜੇ ਕਿਹਾ ਜਿਹਾ ਲੱਗੂ, ਵੀ ਇਸ ਤਾਂ ਡੰਗਰਾਂ ਦੇ ਮੂਰਖਾਂ, ਤੁਸੀਂ ਪੜ੍ਹੇ ਲਿਖੇ ਹੋ, ਅਸੀਂ ਤਾਂ ਡੰਗਰ ਵੀ ਇਕੱਠੇ ਰਹਿ ਰਹੇ ਕਿਸਾਨ, ਪੜ੍ਹੇ ਲਿਖੇ ਤੁਸੀਂ ਦੋ ਕਮਰੇ ਛੱਤ ਥੱਲੇ ਇਕੱਠੇ ਰਹਿ ਸਕਦੇ, ਸਾਡੇ ਦੇਸੀਆਂ 'ਚ ਤਾਂ ਇੱਕ ਹੈ, ਅਸੀਂ ਤਾਂ ਇਕੱਠੇ ਹੋ ਜਾਵਾਂਗੇ, ਤੁਸੀਂ ਨਹੀਂ ਇਕੱਠੇ ਹੁੰਦੇ ਜਿਹੜੇ ਅਸੀਂ ਚੁਣ ਕੇ ਉੱਤੇ ਬਿਠਾਉਣੇ ਆ। ਉਹੀ ਗੱਲ ਹੋਈ, ਉਹਨਾਂ ਤਾਂ ਆਪਦੀ ਜੱਬੜੀਆਂ ਘੋਟਣੀਆਂ ਸ਼ੁਰੂ ਕਰਤੀਆਂ ਭਰਾਵਾ, ਇਹ ਨਸ਼ਾ ਨਹੀਂ ਹੈਗਾ ਚਿੱਟਾ, ਫਿਰ ਉਹਦੀ ਮਾਂ, ਫਿਰ ਹੋਰ ਨਸ਼ਾ ਕੀ ਹੈ ਜੇ ਚਿੱਟਾ ਨਹੀਂ ਨਸ਼ਾ, ਤਾਂ ਹੋਰ ਨਸ਼ਾ ਕੀ ਹੈ? ਅੱਗੇ ਤੂੰ ਭੁੱਕੀ ਫੀਮ ਦੀ ਮੰਗ ਕਰਦਾ, ਮਹਾਂ ਭੁੱਕੀ ਫੀਮ ਮਰ ਕੌਣ ਗਿਆ ਦੱਸ ਮੈਨੂੰ, ਸਾਡੇ ਬੁੜਾ ਨੇ ਮਹਾਂ ਚਾਰ ਚਾਰ ਐਡੇ ਦੇ ਟਿੱਬੇ ਚੱਕੇ ਨੇ ਮਾੜੀ ਮਾੜੀ ਭੁੱਕੀ ਨਾਲ, ਕਿਸੇ ਨੇ ਕੁਛ ਵੇਚਿਆ ਨਹੀਂ, ਕਿੱਥੇ ਮਰ ਗਏ? ਫਿਰ ਆਲਟਰਨੇਟਿਵ ਦਾ ਚਾਹੀਦਾ ਹੁਣ ਸਾਡੇ ਜਵਾਕਾਂ ਨੂੰ, ਜਿਹੜੇ ਚਿੱਟਾ ਤੜਕੇ ਕਿਲੋ ਕਿਲੋ ਪੀਂਦੇ ਨੇ 5-5 ਹਜ਼ਾਰ ਦਾ, ਜੇ ਉਹਨੂੰ 150 ਰੁਪਏ ਦੀ ਫੀਮ ਜਾਂ ਭੁੱਕੀ ਦੇ ਦਾਂਗੇ ਸਾਡੇ ਘਰ ਤਾਂ ਬਚਣਗੇ, ਨਾਲੇ ਖੇਤ ਜਾਊਗਾ ਕੰਮ ਕਰੂਗਾ ਮਿੱਠਾ ਬੋਲੂਗਾ, ਚਿੱਟਾ ਪਿਆ ਦੇ 10 ਹਜ਼ਾਰ ਦਾ ਅੱਧੇ ਘੰਟੇ ਨੂੰ ਫੇਰ ਹਰਾ, ਅਤੇ ਭੁੱਕੀ ਖਵਾ ਦੀ ਐਡੀ ਚਮਚਾ ਜੇ ਨਾ ਅੰਦਰਾਂ ਇਕੱਠੀਆਂ ਹੋਈਆਂ ਤਾਂ ਕਹੀਂ। ਸੋ ਮੈਂ ਜੋ ਗੱਲ ਕਰਦਾ ਵੀ ਅਲਟਰਨੇਟਿਵ ਵੀ ਅਸੀਂ ਮੰਗਣਾ, ਖਸ ਖਸ ਦੀ ਖੇਤੀ, ਚਾਹੇ ਕਿਸੇ ਨੂੰ ਬੁਰਾ ਲੱਗੇ ਚਾਹੇ ਕਿਸੇ ਨੂੰ ਚੰਗਾ ਲੱਗੇ, ਕਿਉਂ ਅਸੀਂ ਦੇਸੀ ਏਰੀਏ ਵਾਸੀ ਹਾਂ, ਸਾਨੂੰ ਪਤਾ ਇਹਦਾ ਹੱਲ ਇੱਕੋ ਹੀ ਹੈ, ਕੋਈ ਸਾਡੀ ਗੱਲ ਨਾਲ ਸਹਿਮਤ ਹੋਵੇ ਨਾ ਹੋਵੇ ਸਾਨੂੰ ਕਿਸੇ ਦੀ ਲੋੜ ਨਹੀਂ, ਕੋਈ ਸਾਨੂੰ ਹਾਂ ਬਾਹਲੇ ਕਹਿ ਦਿੰਦੇ ਨੇ ਸਾਡੀ ਦਾ ਅਸੀਂ ਕਿਹੜਾ ਸਾਡੀ ਆਪਦੀ ਵਿਚਾਰਧਾਰਾ, ਬਾਈ ਆਪਾਂ ਤਾਂ ਆਪਦੇ ਮਾਂ ਪਿਓ ਨਾਲ ਘਰੇ ਚਾਰ ਭਾਂਡਿਆਂ ਨਾਲ ਨਹੀਂ ਆਪਦੀ ਵਿਚਾਰਧਾਰਾ ਰਲਾ ਸਕਦੇ, ਲੋਕਾਂ ਨਾਲ ਕਿਵੇਂ ਰਲਾ ਲਾਂਗੇ? ਹਰੇਕ ਬੰਦੇ ਨੂੰ ਆਪਾਂ ਸੰਤੁਸ਼ਟ ਅਤੇ ਸਹਿਮਤ ਨਹੀਂ ਕਰ ਸਕਦੇ, ਜੇ ਆਪਾਂ ਵਿਚਾਰ ਕਰਨੇ ਹੁੰਦੇ ਅਗਲੇ ਦੇ ਆਹਮਣੇ ਸਾਹਮਣੇ ਬਹਿ ਕੇ ਗੱਲ ਕਰਦਾ, ਹਿੰਮਤ ਰੱਖੋ, ਭੱਜੋ ਨਾ, ਦੌੜੋ ਨਾ ਅਗਲੇ ਤੋਂ, ਮੈਦਾਨ ਛੱਡ ਕੇ ਨਾ ਭੱਜੋ, ਅਗਲੇ ਦੇ ਵਿਚਾਰ ਸੁਣੋ ਅਤੇ ਅਗਲੇ ਨੂੰ ਦੱਸੋ ਭੱਜਣ ਦੀ ਕੀ ਲੋੜ ਹੈ। ਜੇ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।